बिस्मिल्लाहिर्रहमानिर्रहीम, अस्सलाम वालेकुम। नई वीडियो में हाजिर हूं, दोबारा वेलकम है चैनल पे। पहली दफा हो सब्सक्राइब लाइक शेयर मेरे बेल आइकन का बटन जरूर दबायो ताकि आने वाली केड़ी वीडियो सानी थोड़े तक पहुंचे। आज तुम दिखा रहे हैं मार्बल लाने का तरीका, किस तरह लाई दा मार्बल। मार्बल लाने देखा ਕਾਰੀ ਸਾਹਿਬ ਨਾ ਵਿਆਹ ਲਾ ਰਹੇ ਹਾਂ। ਕਾਰੀ ਸਾਹਿਬ ਜੀ ਇੱਧਰ ਮਾਰੋ ਮਾਰੋ, ਸਭ ਤੋਂ ਪਹਿਲਾਂ ਦੇਖੋ ਇਹਦੀ ਹੈ ਜ਼ਮੀਨ ਦੀ ਬਿਲਕੁਲ ਜੀ ਸਫਾਈ ਕਰਨੀ ਹੈ। ਜਿੱਥੇ ਮਾਰਬਲ ਤੁਸੀਂ ਲਾਉਣਾ, ਅਗਰ ਕੱਚਾ ਕੀਤਾ ਵੀ ਸਫਾਈ ਦੀ ਚੰਗੀ ਜਗ੍ਹਾ ਸਫਾਈ ਕਰ ਲੈਣੀ ਹੈ। ਸਫਾਈ ਬਿਲਕੁਲ ਰੇਤ ਨਹੀਂ ਥੱਲੇ ਨਜ਼ਰ ਆਉਣੀ ਚਾਹੀਦੀ, ਬਾਅਦ ਵਿੱਚ ਇਹ ਥੱਲੇ ਆਇਆ ਕੋਈ ਨਹੀਂ। ਥੱਲੇ ਜ਼ਮੀਨ ਦੇ ਉੱਤੇ ਆ ਨੀਰੂ ਸੁੱਟ ਰਿਹਾ ਪਹਿਲਾਂ, ਨੀਰੂ ਸੁੱਟ ਕੇ ਬਾਅਦ ਵਿੱਚ ਸੀਮੈਂਟ ਇਹਦੇ ਪੰਜ ਛੇ ਇੱਕ ਦਾ ਕਿਹੜਾ ਸੀਮੈਂਟ ਇਹਦੇ ਤੋਂ ਪਾਉਣਾ ਹੈ ਮਾਰਬਲ ਲਾਉਣ ਦਾ ਤਰੀਕਾ। ਇਹਦੇ ਉੱਤੇ ਹੁਣ ਨੀਰੂ ਪਾਇਆ ਜਾਏਗਾ। ਨੀਰੂ ਪਾ ਕੇ ਤੁਹਾਨੂੰ ਫਿਰ ਰੱਖ ਕਰਨਾ ਹਲਕਾ ਜਿਹਾ, ਬੜਾ ਆਸਾਨ ਤਰੀਕਾ ਮਾਰਬਲ ਲਾਉਣ ਦਾ। ਦੇਖੋ ਮਤਲਬ ਪਾ ਕੇ ਬਸ ਜੋੜੇ ਜਾਣਾ ਜ਼ੋਰਦਾਰ, ਸਕੂਟਰ ਬੰਨਿਆ ਹੋਇਆ ਡੋਰੀ ਬੰਨੀ ਹੋਈ ਆ ਸਕੂਟਰ, ਡੋਰੀ ਦੇ ਬਰਾਬਰ ਆ ਗਈ ਹੈ, ਸਕੂਟਰ ਦੇ ਬਰਾਬਰ ਇਹਨੂੰ ਲਾਈ ਜਾਣਾ। ਅੱਛਾ ਸਰਕਾਰ ਇਸ ਤਰ੍ਹਾਂ ਪਿੱਛੇ ਹੈ ਦਮਾਦੀ ਲਾ ਰਹੇ ਨਾ ਜੇ, ਇਹ ਪਿੱਛੇ ਨਾਲ ਨਾਲ ਇਹਦੀ ਕਟਿੰਗ ਪਾਈ ਆਉਣੀ। ਜ਼ਮੀਨ ਦੀ ਸਫਾਈ ਪਹਿਲਾਂ ਬਣਾ ਕੇ ਕਰ ਲੈਣੀ, ਜਿਸ ਤਰ੍ਹਾਂ ਪਹਿਲੇ ਮੈਂ ਦੱਸਿਆ ਉਹਦੇ ਵਿੱਚ ਥੱਲੇ ਨੀਰੂ, ਥੱਲੇ ਨੀਰੂ ਪਾਉਣਾ, ਫਿਰ ਸੀਮਿੰਟ ਪਾਉਣਾ, ਫਿਰ ਨੀਰੂ ਪਾ ਕੇ ਦੁਬਾਰਾ ਫਿਰ ਉੱਤੇ ਮਾਰਬਲ ਆ। ਇਹ ਮਾਰਬਲ ਲਾਉਣ ਦਾ ਤਰੀਕਾ ਘਰ।
ਚੈਨਲ ਤੇ ਪਹਿਲੀ ਦਫਾ ਹੋ, ਸਬਸਕ੍ਰਾਈਬ, ਲਾਈਕ, ਸ਼ੇਅਰ, ਕਮੈਂਟ, ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਆਉਣ ਵਾਲੀ ਕਿਹੜੀ ਵੀਡੀਓ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਏ। ਅੱਲਾਹ ਤਾਲਾ ਮੇਰਾ ਤੁਹਾਡਾ ਹਾਮੀ ਨਾਸਰ ਹੋ। ਇਜ਼ਾਰਾ ਉਹਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।